ਨਜ਼ਮ ਹੈ। ਸਥੋਂ ਬਾਅਦ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਕੋਲ ਇੱਕ ਇਤਿਹਾਸ ਹੋਵੇਗਾ। ਸਾਡੇ ਇਹਨਾਂ ਸਮਿਆਂ ਦੀ ਕੋਈ ਤਸਵੀਰ ਹੋਵੇਗੀ, ਤਕਰੀਰ ਹੋਵੇਗੀ, ਕੁਝ ਨਜ਼ਮਾਂ ਤੇ ਕੁਝ ਨਗਮੇ ਹੋਣਗੇ। ਉਹ ਇਤਿਹਾਸ ਵਾਂਗ ਫਰੋਲਣਗੇ ਅਸੀਂ ਅੱਜ ਜੋ ਸਫ਼ੇ ਲਿਖੇ ਨੇ। ਸਾਨੂੰ ਯਾਦ ਰੱਖਣਾ ਪਏਗਾ ਕਿ ਇਸ ਜੰਗ ਦਾ ਇੱਕ ਅੰਤ ਹੋਵੇਗਾ ਤੇ ਜੋ ਵੀ ਹੋਵੇਗਾ ਉਸੇ ਤੇ ਖੜੀ ਹੈ ਆਉਣ ਵਾਲੀਆਂ ਕੁਸ਼ਤਾਂ ਦੀ ਹੋਂਦ। ਸਾਡੇ ਹੌਸਲੇ ਦੀ ਇੱਕ ਵੀ ਤੰਦ ਹੁਣ ਟੁੱਟਣ ਨਹੀਂ ਦੇਣੀ ਅਸਾਂ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਕੋਲ ਇੱਕ ਇਤਿਹਾਸ ਹੋਵੇਗਾ। ਅਗਲੀ ਨਜ਼ਮ ਹੈ, ਕਿਸਾਨੀ ਧਰਨੇ ਤੋਂ ਪਰਤਿਆਂ ਮੇਰੇ ਨਾਲ ਹੀ ਪਰਤ ਆਏ ਨੇ ਥੋੜੀ ਜਿਹੀ ਚਿੱਕੜ ਤੇ ਮਿੱਟੀ। ਮੈਂ ਬੂਟਾਂ ਨੂੰ ਧੋਣ ਲੱਗਦੀ ਹਾਂ ਤਾਂ ਖਿਆਲ ਆਉਂਦਾ ਚਿੱਕੜ ਮਿੱਟੀ ਨਹੀਂ ਸੀ, ਉਹ ਲਹੂ ਪਸੀਨਾ ਸੀ। ਇਸ ਖਿਆਲ ਦੇ ਆਉਂਦਿਆਂ ਹੀ ਮੇਰੀਆਂ ਅੱਖਾਂ ਵਿੱਚ ਲਹੂ ਉੱਤਰ ਆਉਂਦਾ ਹੈ। ਥੋੜ੍ਹੀ ਜਿਹੀ ਮਿੱਟੀ ਨਾਲ ਹੀ ਲੱਗੀ ਰਹਿਣ ਦਿੰਦੀ ਹਾਂ, ਪਸੀਨਾ ਅਜਾਈ ਨਹੀਂ ਜਾਵੇਗਾ। ਅਗਲੀ ਨਜ਼ਮ ਹੈ, ਹੁਣ ਫਿਰ ਮੌਸਮ ਬਦਲ ਗਿਆ ਹੈ, ਮਸਾਂ ਹੀ ਨਿਕਲਿਆ ਸੂਰਜ ਫਿਰ ਕਿਸੇ ਬੱਦਲ ਓਲੇ ਹੋ ਗਿਆ, ਨਿੱਕੀ ਨਿੱਕੀ ਭੂਰ ਪੈ ਰਹੀ ਹੈ ਤੇ ਇੱਕ ਆ ਮਨ ਹੈ ਕਿ ਇਸਦਾ ਮੌਸਮ ਸਦੀਵੀ ਹੈ। ਬੱਦਲ ਵਾਈ ਚ ਵੀ ਇਸਦਾ ਸੂਰਜ ਚੜ੍ਹਦਾ ਹੈ, ਚੰਦ ਚਮਕਦਾ ਹੈ, ਉਂਝ ਅੰਦਰ ਹੀ ਕਿਧਰੇ ਬਰਸਾਤ ਵੀ ਹੁੰਦੀ ਰਹਿੰਦੀ ਹੈ। ਆਖਰੀ ਨਜ਼ਮ ਹੈ, ਉਸ ਆਖਿਆ ਉਦਾਸ ਹਾਂ ਇੰਨੀ ਦਿਨੀ, ਦਿਲ ਦੀ ਗੱਲ ਕਰਦਿਆਂ ਡਰ ਲੱਗਦਾ ਹੈ, ਪਿਆਰ ਤੋਂ ਖੌਫ ਆਉਂਦਾ ਹੈ, ਹਰ ਰਾਹ ਕੁਰਾ ਜਾਪਦਾ ਹੈ। ਮੇਰੇ ਨੈਣਾਂ ਵਿੱਚ ਇੱਕ ਮੁਸਕੁਰਾਹਟ ਭਰ ਆਈ ਹੈ, ਆਖਿਆ ਦਿਲ ਦੀ ਗੱਲ ਤੁਸਾਂ ਦੱਸ ਦਿੱਤੀ ਹੈ। ਤੁਸੀਂ ਸਿੱਧੇ ਰਾਹ ਤੇ ਤੁਰ ਰਹੇ ਹੋ, ਇਹ ਪਿਆਰ ਹੈ, ਇਸ ਵਿੱਚ ਕਿਧਰੇ ਵੀ ਖੌਫ ਨਹੀਂ, ਬਸ ਤੁਰੇ ਆਓ, ਉਦਾਸੀ ਦੀ ਗੱਲ ਕਦੇ ਫੇਰ ਸਹੀ।